ਕੰਮ ਰੋਕਣ ਬਿਲਕੁਲ ਤੇ ਬਾਕੀ ਹੈ ਜਿਹੜਾ ਕਿ ਇਨਸ਼ਾਅੱਲਾ ਜਲਦੀ ਉਹ ਵੀ ਕੰਪਲੀਟ ਹੋ ਜਾ ਸੀ ਔਰ ਉੱਥੇ ਅਸਾਂ ਕੋਸ਼ਿਸ਼ ਇਹ ਹੈ ਕਿ ਡਿਸੇਬਲ ਬੱਚੀਆਂ ਬੱਚੇ ਜਿਹੜੇ ਜੀ ਉਹਨਾਂ ਵਾਸਤੇ ਅਸਾਂ ਉਹ ਸਹੂਲਤ ਉੱਥੇ ਪ੍ਰੋਵਾਈਡ ਕਰਨੀ ਹੈ ਉਹਨਾਂ ਕੀ ਪਿਕ ਐਂਡ ਡਰਾਪ ਦੀ ਸਰਵਿਸ ਜਿਹੜੀ ਹੈ ਉਹ ਵੀ ਅਸੀਂ ਇਨਸ਼ਾਅੱਲਾ ਮੁਹੱਈਆ ਕਰਾਂਗੇ अस्सलाम वालेकुम जी, उम्मीद करता सारे बंदे ठीक हो। सो मैं उस्मान सदा कर हमारे यूट्यूब चैनल अपना सोना कश्मीर अज हाजिर हाँ जी एक नवी वीडियो नाल। आज नी वीडियो जी अस अगर व्लॉग बनाने होने नॉर्मल उसने नालों काफ़ी थोड़ी डिफरेंट हो सी। अज अस मौजूद हाँ कसगुम्मा जनरल हॉस्पिटल, इतना असा स्पेशल वीडियो बनाना है। अंकल और असं बुलाया से नान का वीडियो बनाओ तो एक मैसेज हो सी तो अंकल नाल गल बात करने। अस्सलाम वालेकुम। वालेकुम अस्सलाम अंकल जी, क्या नाम है सोना? राशन तकसीम कर रहे हो, इसना क्या कोई मकसद सी, क्या कोई तुसना मकसद है भाई? असने कम्युनिटी विच जेड़े कसगुम्मे ने और इसने गिरदो नवा ने चंद जेड़े रजिस्टर्ड असाने पेशेंट एंड ट्रस्ट ने उन्हां की असी रमज़ान फूड पार्सल जेड़े ये तकसीम करांगे अज इंशाल्लाह। और ये तुसां कोल बंदे रजिस्टर होने ने या वैसे ही लोकल आकर लै सकना, क्या कोई सिस्टम होना? नहीं, असां कोल जेड़े बंदे रजिस्टर्ड हन जी, ते जेड़े फैमिली घराने रजिस्टर्ड हन वो हकदार हन इसने, उन्हां की असी ये जेड़ा तकसीम करांगे। ਤੁਸੀਂ ਕਿਤਨਿਆਂ ਬੰਦਿਆਂ ਕੀ ਜਿਹੜਾ ਕਿਤਨਿਆਂ ਬੰਦਿਆਂ ਵਾਸਤੇ ਪੈਕੇਜ ਤਿਆਰ ਕੀਤਾ ਗਿਆ? ਇਹ ਪੈਕੇਜ ਜਿਹੜਾ ਅਸਾਂ ਟੋਟਲ ਇਸ ਦਫਾ ਇਸ ਰਮਜ਼ਾਨ ਅਸਾਂ ਰੱਖਿਆ 550 ਫੂਡ ਪਾਰਸਲ ਦਾ, ਜਿਹੜਾ ਕਿ 250 ਪਾਰਸਲ ਜਿਹੜਾ ਉਹ ਅਸਾਂ ਆਪਣੇ ਇਸ ਇਲਾਕੇ ਵਾਸਤੇ ਹੀ ਹੈ ਜੀ, ਔਰ 300 ਪਾਰਸਲ ਜਿਹੜਾ ਅਸਾਂ ਤਹਿਸੀਲ ਸਮਾਣੀ 3-4 ਜਗ੍ਹਾ ਉੱਪਰ ਜਿਹੜਾ ਉੱਥੇ ਤਕਸੀਮ ਕਰਨਾ। ਤੁਸੀਂ ਇਹ ਕੰਮ ਕਿਤਨੇ ਅਰਸੇ ਤੋਂ ਕਰ ਰਹੇ ਹੋ? ਇਹ ਅਸੀਂ ਪਿਛਲੇ ਚੰਦ ਸਾਲਾਂ ਤੋਂ ਕਰਨੇ ਹਾਂ ਪਏ ਜੀ, ਔਰ ਉਮੀਦ ਹੈ ਕਿ ਇਨਸ਼ਾਅੱਲਾ ਅਸੀਂ ਇਸ ਕੀ ਆਇੰਦਾ ਵੀ ਜਾਰੀ ਰੱਖਾਂਗੇ। ਇਹ ਕਲਿਉਂ ਕਰ ਰਹੇ ਹੋ ਜਾਂ ਕਿਸੇ ਨੇਤਾਵਾਂ ਨਾਲ, ਕਿਆ ਸਿਸਟਮ ਹੈ? ਇਹ ਅਸਾਂ ਨੇ ਜਿਹੜੇ ਡੋਨਰਸ ਹਨ ਹਜ਼ਰਾਤ ਉਹ ਅਸਾਂ ਕੀ ਸਪੋਰਟ ਕਰਨੇ ਜੀ, ਮੈਂ ਬੜਾ ਉਹਨਾਂ ਨਾਲ ਤੈ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਕਿ ਉਹ ਅਸਾਂ ਸਪੋਰਟ ਕਰਨੇ ਨੇ ਇਸ ਮਕਸਦ ਵਾਸਤੇ, ਔਰ ਖਾਸ ਕਰ ਇੱਕ ਅਸਾਂ ਬੜਾ ਹੀ ਪਿਆਰਾ ਔਰ ਬੜਾ ਹੀ ਅੱਛਾ ਸਪੋਰਟਰ ਹੈ ਜੋ ਕਿ ਗੈਰ ਮਜ਼ਹਬ ਈਸਾਈ ਹੈ, ਉਹ ਡਾਕਟਰ ਈਅਨ ਚਾਰਲਸ ਰਾਬਰਟਸਨ ਨਾਂ ਉਸ ਨਾਲ ਓਕ ਟ੍ਰੀ ਟਰੱਸਟ ਨਾਲ ਚੇਅਰਮੈਨ ਹੈ ਉਹ ਜੀ, ਔਰ ਉਹ ਇੱਥੇ ਹਰ ਸਾਲ ਤਕਰੀਬਨ ਅਸਾਂ ਕੋਲ ਆਉਣਾ ਔਰ ਅਸਾਂ ਕੀ ਉਹ ਹਰ ਇੱਕ ਪ੍ਰੋਜੈਕਟ ਜਿਹੜਾ ਉਸਨੇ ਵਿੱਚ ਉਹ ਕਾਫੀ ਮਦਦ ਕਰਨਾ। ਬਿਲਕੁਲ ਤਾਂ ਮਾਸ਼ਾਅੱਲਾ ਰਮਜ਼ਾਨ ਵਿੱਚ ਤੁਸੀਂ ਫੂਡ ਪੈਕੇਜ ਦੇ ਰਹੇ ਹੋ, ਉਸ ਤੋਂ ਬਾਅਦ ਸਕੂਲ ਬੇਸ਼ੁਮਾਰ ਚੀਜ਼ਾਂ ਜਿਹੜੀਆਂ ਤੁਸੀਂ ਕਰ ਰਹੇ ਹੋ ਤਾਂ ਇਹ ਆਵਾਮ ਦੀ ਖਿਦਮਤ ਵਾਸਤੇ। ਬਿਲਕੁਲ, ਰੀਸੈਂਟਲੀ ਅਸਾਂ ਮੋੜਾ ਜੰਗੋ ਤੁਸੀਂ ਦੇਖਿਆ ਸੀ ਕਿ ਅਸਾਂ ਉੱਥੇ ਬੱਚੀਆਂ ਨੇ ਜਿਹੜਾ ਪ੍ਰਾਇਮਰੀ ਸਕੂਲ ਸੀ ਹੁਣ ਉਹ ਮਿਡਲ ਸਕੂਲ ਨੇ ਦਰਜਾ ਹਾਸਲ ਕਰ ਚੁੱਕਾ, ਉੱਥੇ ਵਾਸਤੇ ਅਸਾਂ ਡਬਲ ਸਟੋਰੀ ਬਿਲਡਿੰਗ ਜਿਹੜੀ ਹੈ ਉਹ ਕਸਗੁਮਾ ਵੈਲਫੇਅਰ ਟਰੱਸਟ ਨੇ ਦੇਰ ਇੰਤਜ਼ਾਮ ਉੱਥੇ ਤਕਰੀਬਨ ਮੁਕੰਮਲ ਹੋ ਗਈ ਹੈ। ਹੁਣ ਉਸ ਨਾਲ ਜਿਹੜਾ ਨਾ ਅੰਦਰੂਨੀ ਪਲਾਸਟਰ ਔਰ ਫਰਸ਼ ਵਗੈਰਾ ਬਿਜਲੀ ਦਾ ਕੰਮ ਰੰਗ ਰੋਗਨ ਬਿਲਕੁਲ ਇਹ ਬਾਕੀ ਹੈ ਜਿਹੜਾ ਕਿ ਇਨਸ਼ਾਅੱਲਾ ਜਲਦੀ ਉਹ ਵੀ ਕੰਪਲੀਟ ਹੋ ਜਾ ਸੀ, ਔਰ ਉੱਥੇ ਅਸਾਂ ਕੋਸ਼ਿਸ਼ ਇਹ ਹੈ ਕਿ ਡਿਸੇਬਲ ਬੱਚੀਆਂ ਬੱਚੇ ਜਿਹੜੇ ਜੀ ਉਹਨਾਂ ਵਾਸਤੇ ਅਸਾਂ ਉਹ ਸਹੂਲਤ ਉੱਥੇ ਪ੍ਰੋਵਾਈਡ ਕਰਨੀ ਹੈ, ਉਹਨਾਂ ਕੀ ਪਿਕ ਐਂਡ ਡਰਾਪ ਦੀ ਸਰਵਿਸ ਜਿਹੜੀ ਹੈ ਉਹ ਵੀ ਅਸੀਂ ਇਨਸ਼ਾਅੱਲਾ ਮੁਹੱਈਆ ਕਰਾਂਗੇ ਜੀ, ਔਰ ਅਸਾਨੀ ਇਹ ਕੋਸ਼ਿਸ਼ ਹੈ ਕਿ ਉੱਥੇ ਬਹੁਤ ਅੱਛਾ ਪੂਰੇ ਆਜ਼ਾਦ ਕਸ਼ਮੀਰ 'ਚ ਇੱਕ ਮਿਸਾਲੀ ਸਕੂਲ ਇਨਸ਼ਾਅੱਲਾ ਬਣ ਗਿਆ। ਬਿਲਕੁਲ, ਤਾਂ ਐਂਡ ਵਿੱਚ ਕੋਈ ਅਸਾਨੀ ਤੱਕਣੇ ਵਾਲਿਆਂ ਵਾਸਤੇ ਕੋਈ ਪੈਗਾਮ? ਉਹਨਾਂ ਵਾਸਤੇ ਇਹ ਹੀ ਹੈ, ਮੈਂ ਸਾਰੇ ਆਪਣੇ ਭੈਣ ਭਰਾ ਖਾਸ ਕਰ ਜਿਹੜੇ ਕਸਗੁੰਮੇ ਨੇ ਬਿਲਕੁਲ ਇੰਗਲੈਂਡ ਵਿੱਚ ਮੁਕੀਮ ਹਨ, ਮੈਂ ਉਹਨਾਂ ਅੱਗੇ ਗੁਜ਼ਾਰਿਸ਼ ਕਰਸਾਂ ਕਿ ਸਾਰੇ ਭਰਾ ਇਹ ਤੁਸਾਂ ਨਹੀਂ ਆਪਣੀ ਚੈਰਿਟੀ ਹੈ ਲੋਕਲ ਇੱਥੇ ਇਸ ਨਾਲ ਹੱਥ ਵਟਾਓ, ਇਸ ਨਾਲ ਸ਼ਾਨਾ ਬਸ਼ਾਨਾ ਖੜ੍ਹੇ ਹੋਵੋ ਤਾਂ ਕਿ ਮਜ਼ੀਦ ਸਹੂਲਤਾਂ ਜਿਹੜੀਆਂ ਉਹ ਆਪਣੇ ਇਸ ਇਲਾਕੇ 'ਚ ਕਸਗੁੰਮਾ ਵਿੱਚ ਪੈਦਾ ਕੀਤੀਆਂ ਜਾਣ। ਤਾਂ ਬਿਲਕੁਲ ਜੀ, ਹੁਣ ਅਸਾਂ ਜੁਲੇ ਹਾਂ ਬਾਹਰ, ਤੁਸੀਂ ਕਿ ਜਿਹੜੇ ਫੂਡ ਪੈਕੇਜਸ ਨੇ ਉਹ ਵੀ ਵਗੈਰਾ ਦੱਸਣੇ ਆ, ਨਾਲ ਤਾਂ ਨਾਲ ਬਾਵਾ ਰੀਕੋਡ ਬੈਠੇ ਨੇ ਨਾਲ ਗੱਲਬਾਤ ਕਰਨੇ। ਅਸਲਾਮ ਵਾਲੇਕੁਮ। ਅਸਲਾਮ ਵਾਲੇਕੁਮ। ਵਾਲੇਕੁਮ। ਮੈਂ ਮੁਹੰਮਦ ਸਦੀਕ, ਅਕਾਊਂਟੈਂਟ ਕਸਗੁੰਮਾ ਐਸਐਫਐਸ ਬੋਲ ਰਿਹਾ ਜੀ। ਅਸੀਂ 8 ਸਾਲ ਤਕਰੀਬਨ 3-4 ਸਾਲ ਤੋਂ ਅਸੀਂ ਰਮਜ਼ਾਨ ਪੈਕੇਜ ਦੇ ਰਹੇ ਹਾਂ ਜੀ। ਇਸ ਵਕਤ ਸਾਡੇ ਕੋਲ
200 तो ज्यादा लोग रजिस्टर हो चुके असं रजिस्टर्ड लोगों चो फैमिली जी फैमिली वाइज असी पार्सल तकसीम कराए रजिस्टर कराने का क्या कोई तरीका कार है इतने असी फार्म लेने उसते दो बंदे आके इतने गवाह तस्दीक करेंगे कि वाकई जुकात मिस्टेक है उस तो बाद लोकल सैकटरी जुकात जरा उस रजिस्टर करेगा उस तो बाद आवन के इतने उस सैकटरी साहब या ट्रेजर साहब मौजूद होकर उस फार्म दस्तक करेंगे अस उसकी कार्ड बना के देवांगे उसकी बकायदा एक फाइल बन जाएगी जिससे कार्ड दे देंगे जिससे आएगा अपना इलाज कराएगा इलाज भी फ्री है IS भी तकरीबन फ्री होनी है ठीक है लेबॉरेटरी टेस्ट कर जुमला सब फ्री हो सब कुछ फ्री जी कोई पैगाम एंडी च पैगाम ये है कि असल ने इलाके के लोग बढ़ चढ़ के हिस्सा लेना चाहिए और जिस तरह असल ने ट्रस्टी इंटरेस्टेड चेयरमैन मुसवाद साहब बनवास साहब दूसरे ट्रस्टी इस तरह लोगों की हाथ पटाना चाहिए ताकि ज़्यादा असं लोगों की अवामी खिदमत कर सकें।